ਮਲੋਟ ਲਾਈਵ ਦੇ ਨਾਲ ਅਤੇ ਦੇਸੀ ਵਰਲਡ ਰੇਡੀਓ ਦੇ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਮੇਰੇ ਵੱਲੋਂ ਚਣਕੀ ਹਰਮਨਜੋਤ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਜੀ, ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਸਾਡੇ ਵਾਲੀ ਹੋਈ ਪਈ ਆ, ਬੜਾ ਕੈਚੀ ਜਿਹਾ ਵਰਡ ਆ। ਸੋ ਪਿੰਡਾਂ ਵਾਲੇ ਖਾਸ ਕਰਕੇ ਪਸੰਦ ਕਰਦੇ ਨੇ ਇੱਦਾਂ ਦਾ, ਜੇ ਗੱਲ ਕਰੀਏ ਸਾਡੇ ਵਾਲੇ ਨੂੰ। ਅੱਜ ਸਾਡੇ ਵਾਲੀ ਟੀਮ ਮਲੋਟ ਪਹੁੰਚੀ ਆ, ਯਾਨੀ ਕਿ ਗੱਲ ਕਰਾਂਗੇ ਆਪਾਂ ਸਾਡੇ ਵਾਲੇ ਦੀ ਸਟਾਰਕਾਸਟ ਨਾਲ ਫਿਲਮ ਦੇ ਬਾਰੇ। ਸੁਖਦੀਪ ਬਾਈ ਮੇਨ ਲੀਡ 'ਤੇ ਨੇ। ਪਹਿਲਾਂ ਤਾਂ ਜੇ ਮੈਂ ਗੱਲ ਕਰਾਂ ਦੀਪ ਸਿੱਧੂ ਬਾਈ, ਜਿਨ੍ਹਾਂ ਨੂੰ ਤੁਸੀਂ ਸਾਰੇ ਬਹੁਤ ਪਿਆਰ ਕਰਦੇ ਹੋ, ਅੱਜ ਵੀ ਉਹਨਾਂ ਦੀ ਯਾਦਾਂ ਦਿਲਾਂ ਦੇ ਵਿੱਚ ਤਾਜ਼ੀਆਂ ਨੇ। ਫਿਲਹਾਲ ਉਹਨਾਂ ਦੀ ਇਹ ਆਖਰੀ ਫਿਲਮ ਵੱਡੇ ਪਰਦੇ ਦੇ ਉੱਤੇ ਤੁਹਾਨੂੰ ਅਗਲੇ ਹਫ਼ਤੇ ਇਹ ਦੇਖਣ ਨੂੰ ਮਿਲ ਰਹੀ ਆ। ਉਹਨਾਂ ਆਪਾਂ ਸਟਾਰਕਾਸਟ ਨਾਲ ਗੱਲਬਾਤ ਕਰਦੇ, ਸਭ ਤੋਂ ਪਹਿਲਾਂ ਤਾਂ ਬਾਈ ਜੀ ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਥੈਂਕ ਯੂ ਸਿੱਧੂ ਸਾਹਿਬ ਜੀ। ਤਾਂ ਗੱਲ ਕਰਾਂਗੇ ਸਾਡੇ ਵਾਲੇ, ਪਹਿਲਾਂ ਤੁਸੀਂ ਕਹਾਂਗੇ ਸਾਡੇ ਵਾਲੇ ਮਲੋਟ ਸਾਡੇ ਵਾਲੇ ਆਏ ਗਏ। ਹਾਂ, ਮੈਂ ਆਪਣੇ ਪਿੰਡ ਆਇਆ ਨਾ, ਆਪਣੇ ਕਹਿੰਦੇ ਵੀ ਮਾਂ ਦੇ ਬੁੱਕਲ 'ਚ ਆਇਆ। ਸੋ ਮੈਨੂੰ ਬੜਾ ਅੱਛਾ ਲੱਗ ਰਿਹਾ ਕਿ ਤੁਸੀਂ ਬਹੁਤ ਛੋਟੇ ਟਾਈਮ 'ਚ ਤੁਸੀਂ ਇੰਨਾ ਅਰੇਂਜਮੈਂਟ ਕੀਤਾ। ਸੋ ਕਹਿੰਦੇ ਨੇ ਵੀ ਆਪਣੇ ਵਾਲੇ 'ਤੇ ਮਾਣ ਹੁੰਦਾ। ਸੋ ਮੈਂ ਹਮੇਸ਼ਾ ਚਾਹੁੰਦਾ ਸੀ ਕਿ ਮਲੋਟ ਆਵਾਂ ਕਿ ਅਤੇ ਮਲੋਟ ਆ ਕੇ ਪ੍ਰਮੋਸ਼ਨ ਕਰਾਂ, ਕਿਉਂਕਿ ਜਿੱਥੋਂ ਤੁਸੀਂ ਆਏ ਹੁੰਦੇ ਹੋ, ਜੋ ਤੁਹਾਡੀ ਜੜ੍ਹਾਂ ਹੁੰਦੀਆਂ, ਤੁਸੀਂ ਉੱਥੇ ਆਓ ਅਤੇ ਉੱਥੇ ਆਪਣੇ ਲੋਕਾਂ 'ਚ ਵੀ ਜਦੋਂ ਕੋਈ ਇਹੋ ਜਿਹੀ ਗੱਲ ਹੁੰਦੀ ਹੈ। ਸੋ ਮੈਂ ਬਹੁਤ ਖੁਸ਼ ਹਾਂ ਅਤੇ ਬਹੁਤ ਪ੍ਰਾਊਡ ਫੀਲ ਕਰ ਰਿਹਾ ਜਿੱਥੇ ਆ ਕੇ ਕਿ ਮੈਂ ਸਾਡੇ ਵਾਲੇ 'ਚ ਅੱਜ ਐਕਚੁਅਲੀ ਸਾਡੇ ਵਾਲੇ 'ਚ ਬੈਠਾ। ਸਾਡੇ ਵਾਲੇ ਦੀ ਸ਼ੁਰੂਆਤ ਕਦੋਂ ਹੋਈ ਸੀ, ਮਤਲਬ ਕਦੋਂ ਇਹ ਕਨਸੈਪਟ ਉਲੀਕਿਆ ਗਿਆ ਸੀਗਾ ਵੀ ਯਾਰ ਇਹਦੇ ਉੱਤੇ ਇੱਕ ਫਿਲਮ ਕੀਤੀ ਜਾਵੇ, ਤਾਂ ਉਸ ਤੋਂ ਬਾਅਦ ਸਟਾਰਕਾਸਟ ਦੀ ਚੋਣ ਕਰਨਾ ਵੀ ਇੱਕ ਬੜਾ ਅਹਿਮ ਹੁੰਦਾ ਹੈਗਾ, ਇਹ ਮੈਂ ਸ਼ੁਰੂ ਤੋਂ ਜਾਣਨਾ ਚਾਹੂੰਗਾ ਕਿ ਕਦੋਂ ਇਹ ਸਟਾਰਟ ਹੋਇਆ ਸਾਡੇ ਵਾਲਾ। ਇਹ 2018 ਦੇ ਇਰਦ ਗਿਰਦ ਹੀ ਅਸੀਂ ਇਹਨੂੰ ਪਲੈਨਿੰਗ ਕੀਤੀ। ਜਤਿੰਦਰ ਨੇ ਜਦੋਂ ਇਹ ਫਿਲਮ ਸੁਣਾਈ ਸੀ ਸਾਨੂੰ ਬੜੀ ਵਧੀਆ ਲੱਗੀ। ਦੀਪ ਬਾਈ ਨਾਲ ਸਾਡੇ ਤੋਂ ਪਹਿਲਾਂ ਹੀ ਸਾਡੇ ਪਰਿਵਾਰਕ ਸੰਬੰਧ ਸਨ। ਜਦੋਂ ਤੁਹਾਨੂੰ ਕੋਈ ਚੀਜ਼ ਕੰਸੈਪਟ ਪਸੰਦ ਆਉਂਦਾ ਤਾਂ ਤੁਸੀਂ ਚਾਹੁੰਦੇ ਹੋ ਕਿ ਕਰੋ, ਫਿਰ ਬਹੁਤ ਛੇਤੀ ਹੀ ਇਸ ਚੀਜ਼ ਨੂੰ ਅਸੀਂ ਇਹਨੂੰ ਅਸਲੀ ਜਾਮਾ ਪਹਿਨਾ ਤਾ। ਫਿਰ ਪ੍ਰੀ ਪ੍ਰੋਡਕਸ਼ਨ ਚੱਲੀ, ਪ੍ਰੀ ਪ੍ਰੋਡਕਸ਼ਨ ਤੋਂ ਬਾਅਦ ਫਿਰ ਕਾਸਟਿੰਗ ਚੱਲੀ। ਫਿਰ ਅਸੀਂ ਕਾਸਟਿੰਗ ਵੇਲੇ ਵੀ ਉਹ ਬੰਦੇ ਲਏ ਜਿਹੜੇ ਚਾਹੁੰਦੇ ਸੀ ਕਿ ਐਕੂਰੇਟ ਬੈਠਣ। ਮੈਂ ਹੋ ਗਿਆ, ਬਾਈ ਦੀਪ ਹੋ ਗਿਆ, ਬਾਈ ਸੋਨਪ੍ਰੀਤ ਹੋ ਗਿਆ। ਤੁਸੀਂ ਉਹ ਕਿਰਦਾਰ ਹੀ ਦੇਖੋਗੇ ਜੋ ਕਿਰਦਾਰ ਫਿੱਟ ਬਹਿੰਦੇ ਆ। ਤੁਸੀਂ ਯੂਨੋ ਤੁਸੀਂ ਇਮੈਜਿਨ ਵੀ ਕਰ ਸਕਦੇ ਕੋਈ ਹੋਰ ਕਿਰਦਾਰ ਹੋਵੇ, ਕਿਉਂਕਿ ਸਾਡਾ ਸ਼ੁਰੂ ਤੋਂ ਮਕਸਦ ਇਹ ਸੀ ਕਿ ਅਸੀਂ ਉਹੀ ਬੰਦੇ ਲੈਣੇ ਜਿਹੜੇ ਇਸ ਬੰਦੇ ਦਾ ਢੁੱਕਵੇਂ ਬੈਠਣ। ਸੋ ਜਦੋਂ ਤੁਸੀਂ ਟੇਲਰ ਦੇਖੋਗੇ ਤੁਸੀਂ ਜੱਜਮੈਂਟ ਲਾ ਹੀ ਲਓਗੇ ਵੀ ਅਸੀਂ ਉਸ ਚੀਜ਼ 'ਚ ਕਿੰਨੇ ਕੁ ਖਰੇ ਉਤਰੇ ਹਾਂ। ਗੱਲ ਕਰੀਏ ਦੀਪ ਸਿੱਧੂ ਬਾਰੇ, ਦੀਪ ਸਿੱਧੂ ਵੀ ਮੇਨ ਤੁਹਾਡਾ ਇੱਕ ਬੜਾ ਅਹਿਮ ਕਰੈਕਟਰ ਆ ਦੀਪ ਸਿੱਧੂ ਦੇ ਨਾਲ। ਅੱਜ ਸਾਡੇ ਵਿਚਕਾਰ ਨਹੀਂ ਦੀਪ ਸਿੱਧੂ, ਪਰ ਕਿਤੇ ਨਾ ਕਿਤੇ ਉਹਨਾਂ ਦੀ ਕਮੀ ਤਾਂ ਮਹਿਸੂਸ ਹੁੰਦੀ ਹੋਣੀ ਹੈ ਕਿ ਅੱਜ ਹੁੰਦੇ ਸ਼ਾਇਦ ਗੱਲ ਕੁਛ ਹੋਰ ਹੁੰਦੀ। ਨਹੀਂ ਭਾਜੀ, ਹਰ ਕਮੀ ਹਰ ਪਾਸੇ ਹਰ ਦਿਨ ਹਰ ਘੰਟੇ ਹੋ ਰਹੀ ਹੈ। ਦੀਪ ਬਾਈ ਜੇ ਹੁੰਦਾ ਤਾਂ ਚੀਜ਼ਾਂ ਕੁਛ ਹੋਰ ਹੁੰਦੀਆਂ, ਦੀਪ ਬਾਈ ਹੁੰਦਾ ਤਾਂ ਨਜ਼ਾਰੇ ਕੁਛ ਹੋਰ ਹੁੰਦੇ, ਦੀਪ ਬਾਈ ਹੁੰਦਾ ਤਾਂ ਭੀੜ ਕੁਛ ਹੋਰ ਹੁੰਦੀ, ਦੀਪ ਬਾਈ ਹੁੰਦਾ ਤਾਂ ਇਹਨੂੰ ਇੱਕ ਵੱਖਰਾ ਚਾਅ ਹੋਣਾ ਸੀ। ਕਿਤੇ ਨਾ ਕਿਤੇ ਉਹ ਚਾਅ ਹੈ ਨਹੀਂ, ਮਨ ਉਦਾਸ ਹੈ, ਮਨ ਥੋੜ੍ਹਾ ਜਿਹਾ ਗਮਗੀਨ ਹੈ। ਪਰ ਕਹਿੰਦੇ ਵੀ ਹੁਣ ਜੋ ਰੱਬ ਨੇ ਚਾਹਿਆ ਉਹ ਹੋਇਆ, ਪਰ ਮੈਨੂੰ ਇਸ ਚੀਜ਼ ਦੀ ਕਿਤੇ ਨਾ ਕਿਤੇ ਅੰਦਰੋਂ ਸਕੂਨ ਹੈ ਕਿ ਬਾਈ ਦਾ ਕੰਮ ਅਸੀਂ ਲੋਕਾਂ ਸਾਹਮਣੇ ਲੈ ਕੇ ਆਵਾਂਗੇ। ਟੇਲਰ ਨੂੰ ਬਹੁਤ ਲੋਕਾਂ ਨੇ ਪਸੰਦ ਕੀਤਾ ਅਤੇ ਫਿਲਮ 29 ਤਰੀਕ ਨੂੰ ਆਈ ਜਾਣੀ ਹੈ। ਕਿਸ ਤਰ੍ਹਾਂ ਦੀਆਂ ਖੱਟੀਆਂ ਮਿੱਠੀਆਂ ਯਾਦਾਂ ਰਹੀਆਂ ਹੋਣਗੀਆਂ ਉਦੋਂ ਦੀਪ ਸਿੱਧੂ ਦੇ ਨਾਲ ਸੈੱਟ ਦੇ ਉੱਤੇ ਜਦੋਂ ਤੁਹਾਡੇ ਸ਼ੂਟ ਹੁੰਦੇ ਸੀਗੇ? ਉਦੋਂ ਤਾਂ ਸੋਚਿਆ ਵੀ ਨਹੀਂ ਹੋਣਾ ਸੀ ਵੀ ਇੰਨੀ ਜਲਦੀ ਬਾਈ ਸਾਡੇ ਤੋਂ ਚਲਾ ਜਾਊ ਦੂਰ। ਕਿਸ ਤਰ੍ਹਾਂ ਦੀਆਂ ਖੱਟੀਆਂ ਮਿੱਠੀਆਂ ਯਾਦਾਂ ਸੀ? ਜੀ ਕਦੀ ਸੋਚਿਆ ਹੀ ਨਹੀਂ ਸੀ। ਅੱਜ ਮੈਂ ਜਦੋਂ ਪਿੱਛੇ ਝਾਕਦਾ ਤਾਂ ਮੈਨੂੰ ਜ਼ਿੰਦਗੀ 'ਤੇ ਸਭ ਤੋਂ ਅੱਛੇ ਦਿਨ ਲੱਗਦੇ ਜੋ ਸ਼ੂਟ ਕੀਤਾ ਸੀ। ਸਾਡੇ ਦੋਵਾਂ 'ਚ ਭਰਾਵਾਂ ਵਾਲਾ ਹਿਸਾਬ ਸੀ, ਕਦੀ ਕਿਸੇ ਗਿਲੇ ਦਾ ਗਿਲਾ ਨਹੀਂ, ਕਿਸੇ ਚੀਜ਼ ਦਾ ਉਹ ਨਹੀਂ, ਹਮੇਸ਼ਾ ਯੂਨੋ ਚੜ੍ਹਦੇ ਸੂਰਜ ਵਾਲੀ ਗੱਲ ਕਰਨੀ, ਹੌਸਲੇ ਵਾਲੀ ਗੱਲ ਕਰਨੀ। ਦੀਪ ਨਾਲ ਗੱਲ ਕਰਕੇ ਤੁਹਾਨੂੰ ਕਦੇ ਲੱਗਦਾ ਨਹੀਂ ਸੀ ਵੀ ਜ਼ਿੰਦਗੀ ਤੋਂ ਲੱਗਦਾ ਜੀ ਨੂੰ ਜੀ ਕਰਦਾ ਸੀ। ਸੋ ਅੱਜ ਕਈ ਵਾਰ ਜਦੋਂ ਤੁਸੀਂ ਇਹਨੂੰ ਦੇਖਦੇ ਹੋ ਤਾਂ ਤੁਹਾਡੇ ਕਿਤੇ ਨਾ ਕਿਤੇ ਅੰਦਰ ਬਹੁਤ ਹੌਲ ਉੱਠਦੇ ਨੇ। ਦੀਪ ਬਾਈ ਨੇ ਜਾਣਾ ਮੇਰੀ ਜ਼ਿੰਦਗੀ 'ਚ, ਕੋ ਆਰਟਿਸਟ ਦਾ ਘਾਟਾ ਨਹੀਂ ਮਿਲਦਾ। ਮੈਂ ਆਪਣੇ ਇੱਕ ਭਰਾ ਨੂੰ ਆਈ ਥਿੰਕ ਰੱਬ ਨੇ ਸਾਡੇ ਤੋਂ ਖੋ ਲਿਆ। ਇਹ ਚੀਜ਼ ਫੀਲ ਨਹੀਂ ਹੁੰਦੀ ਕਿ ਦੀਪ ਸਿੱਧੂ ਦੇ ਹੁੰਦੇ ਅਗਰ ਫਿਲਮ ਰਿਲੀਜ਼ ਹੋ ਜਾਂਦੀ ਤਾਂ ਸ਼ਾਇਦ ਤੁਹਾਨੂੰ ਹੋਰ ਖੁਸ਼ੀ ਹੁੰਦੀ ਵੀ ਬਾਈ ਸਾਡਾ ਫਿਲਮ ਦੇਖ ਕੇ ਜਾਂਦਾ ਇੱਕ ਵੱਡੇ ਪਰਦੇ 'ਤੇ, ਉਹਨਾਂ ਨੂੰ ਇਕੱਠਿਆਂ ਨੂੰ ਦੇਖਦੇ? ਹਾਂਜੀ ਹਾਂਜੀ, ਇਕੱਠੇ ਭਾਅ ਜੀ ਪ੍ਰਮੋਟ ਕਰਦੇ, ਫਿਰ ਅਸੀਂ ਇਕੱਠੇ ਕਰਦੇ, ਕਿਉਂਕਿ ਸਾਡਾ ਇੱਕ ਬਹੁਤ ਨੇੜੇ ਦਿਲ ਦਾ ਪ੍ਰੋਜੈਕਟ ਹੈ, ਇੱਕ ਕਹਿ ਦੇਣਾ ਦਿਲ ਦੇ ਨੇੜੇ ਇੱਕ ਵਾਕਿਆ ਹੋਣਾ, ਕਿਉਂਕਿ ਕਿਤੇ ਨਾ ਕਿਤੇ ਫਿਲਮ ਸਾਡੇ ਪਿੰਡਾਂ ਦੀ, ਸਾਡੇ ਦਾਦੇ ਦੀ, ਸਾਡੇ ਪੜਦਾਦਿਆਂ ਦੀ, ਸਾਡੇ ਮਿੱਟੀ ਦੀ, ਸਾਡੇ ਸੱਥਾਂ ਦੀ, ਸਾਡੇ ਯੂਨੋ ਕਬੱਡੀ ਦੇ ਮੈਦਾਨਾਂ ਦੀ, ਸਾਡੇ ਪਾਣੀਆਂ ਦੀ ਗੱਲ ਕਰਦੀ ਹੈ। ਸੋ ਜਦੋਂ ਤੁਸੀਂ ਇਹ ਸੋਚਦੇ ਹੋ ਅਤੇ ਇਹ ਕਰਦੇ ਹੋ ਤਾਂ ਤੁਹਾਡਾ ਚਾਅ ਦੁੱਗਣਾ ਹੋ ਜਾਂਦਾ। ਦੀਪ ਬਾਈ ਅਤੇ ਮੇਰਾ ਪਿਛੋਕੜ ਇੱਕੋ ਹੀ ਹੈ, ਸੋ ਅਸੀਂ ਇੱਕੋ ਮਿੱਟੀ ਤੋਂ ਆਏ ਹਾਂ। ਜਦੋਂ ਤੁਹਾਡੇ ਬਹੁਤ ਸਿਮਿਲੈਰਿਟੀਜ਼ ਹੋਣ ਨਾ ਤਾਂ ਤੁਸੀਂ ਫਿਰ ਉਹ ਚੀਜ਼ਾਂ ਬਹੁਤ ਸੌਖੀਆਂ ਹੋ ਜਾਂਦੀਆਂ। ਦੀਪ ਬਾਈ ਦਾ ਹੁੰਦਾ ਤਾਂ ਸ਼ਾਇਦ ਉਹ ਵਾਰ ਵਾਰ ਕਹਿ ਰਿਹਾ ਕਿ ਉਹ ਨਜ਼ਾਰੇ ਕੁਛ ਹੋਰ ਹੀ ਹੋਣੇ ਸੀ। ਬੜੇ ਟਾਈਮ ਤੋਂ ਪ੍ਰੋਜੈਕਟ ਸਾਂਭ ਕੇ ਰੱਖਿਆ ਸੀ, ਸਾਡੇ ਦਰਸ਼ਕ ਇਹ ਵੀ ਜਾਣਨਾ ਚਾਹੁੰਦੇ ਹੋਣਗੇ ਕਿ ਕਾਫੀ ਲੰਬੇ ਸਮੇਂ ਤੋਂ ਉਡੀਕ ਸੀ ਕਿ ਸਾਡੇ ਵਾਲਾ ਫਿਲਮ ਬਾਰੇ, ਪਰ ਰਿਲੀਜ਼ ਹੁਣ ਜਾ ਕੇ ਹੋ ਰਹੀ ਆ, ਇਹਦੇ ਪਿੱਛੇ ਦਾ ਕਾਰਨ? ਇਹਦੇ ਪਿੱਛੇ ਬਸ ਮੇਨ ਕਾਰਨ ਕੋਵਿਡ ਅਤੇ ਕਿਸਾਨੀ ਅੰਦੋਲਨ ਸੀ, ਕਿਉਂਕਿ ਕੋਵਿਡ ਇਨਸਾਲੀ ਦੋਨੋਂ ਤੁਸੀਂ ਮਿਲਾ ਕੇ 2-2.5 ਸਾਲ ਟੱਪਦੇ ਨੇ। ਫਿਰ ਉਸ ਤਰ੍ਹਾਂ ਤੁਸੀਂ ਇੱਕ
ਜਦੋਂ ਹੋਣੀ ਚੀਜ਼ ਉਦੋਂ ਹੋਣੀ ਹੈ। ਪਰ ਫਿਰ ਉਹੀ ਗੱਲ ਕਹਿਣਾ ਵੀ ਦੀਪ ਬਾਈ ਕਰਕੇ ਵੀ ਥੋੜ੍ਹਾ ਜਿਹਾ ਹੋਇਆ, ਪਰ ਫਿਰ ਅਸੀਂ ਇਹ ਸਭ ਵੀ ਦੀਪ ਬਾਈ ਨੂੰ ਐਜ਼ ਆ ਟ੍ਰਿਬਿਊਟ ਅਸੀਂ ਫਿਲਮ ਦੇਣੀ ਹੈ, ਫਿਰ ਅਸੀਂ ਕਲੈਬੋਰੇਸ਼ਨ ਕਰਕੇ ਅਸੀਂ ਬਹੁਤ ਜਲਦੀ ਫਿਰ ਤੁਹਾਡੇ ਸਾਹਮਣੇ ਲਿਆਉਂਦੇ। ਸੋ ਅਗਲੀ ਗੱਲਬਾਤ ਕਰਦੇ ਹਾਂ ਬਾਈ ਸੋਹਣਪ੍ਰੀਤ ਜਵੰਦਾ ਜੀ ਨਾਲ। ਇਹਨਾਂ ਦਾ ਵੀ ਇੱਕ ਅਹਿਮ ਰੋਲ ਹੈ ਇਸ ਫਿਲਮ ਵਿੱਚ, ਇਹਨਾਂ ਤੋਂ ਜਾਣਦੇ ਹਾਂ ਕਿਸ ਤਰ੍ਹਾਂ ਦਾ ਕਰੈਕਟਰ ਨਿਭਾ ਰਹੇ ਨੇ। ਸਭ ਤੋਂ ਪਹਿਲਾਂ ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ ਨੇ ਜੀ? ਬਹੁਤ ਵਧੀਆ। ਅਤੇ ਕਿਸ ਤਰ੍ਹਾਂ ਦਾ ਕਰੈਕਟਰ ਆ ਤੁਹਾਡੇ ਇਸੇ ਆਇਆ ਇਸ ਫਿਲਮ ਦੇ ਵਿੱਚ? ਇਸ ਫਿਲਮ ਵਿੱਚ ਮੇਰਾ ਮਹਿੰਦਰ ਨਾਮ ਦਾ ਕਿਰਦਾਰ ਆ, ਅਤੇ ਮੈਂ ਦੀਪ ਸਿੱਧੂ ਦਾ ਵੱਡਾ ਭਰਾ ਬਣਿਆ, ਅਤੇ ਗੁੱਗਲ ਸਾਹਿਬ ਦੇ ਬੇਟਿਆਂ ਦੋਨੇ ਅਸੀਂ। ਮੈਂ ਥੋੜ੍ਹਾ ਜਿਹਾ ਪਰਿਵਾਰ ਦੀ ਜ਼ਿੰਮੇਵਾਰੀ ਚੱਕਣ ਲਈ ਤਿਆਰ ਹੋ ਰਿਹਾ ਵਾਂ ਫਾਦਰ ਸਾਹਿਬ ਤੋਂ ਬਾਅਦ, ਅਤੇ ਦੀਪ ਛੋਟਾ ਵਾ ਅਤੇ ਉਹ ਹਜੇ ਖੇਡ ਖੁੱਡ ਰਿਹਾ ਵਾ ਅਤੇ ਆਪਣੀ ਜ਼ਿੰਦਗੀ ਬਣਾ ਰਿਹਾ ਹੈ ਨਾ। ਸੋ ਇੱਕ ਬੜਾ ਪਿਆਰਾ ਜੀ ਪਿਆਰੀ ਜੀ ਫੈਮਿਲੀ ਆ, ਇੱਕ ਭੈਣ ਆ ਸਾਡੀ। ਸੋ ਬਟ ਅਨਫੋਰਚੁਨੇਟਲੀ ਕੁਝ ਇਹੋ ਜਿਹੇ ਸਰਕਮਸਟਾਂਸਿਸ ਬਣਦੇ ਨੇ ਕਿ ਫਿਰ ਸਾਰੀ ਫੈਮਿਲੀ ਨੂੰ ਮਿਲ ਕੇ ਉਸ ਸਰਕਮਸਟਾਂਸ 'ਚੋਂ ਨਿਕਲਣ ਲਈ ਜ਼ੋਰ ਲਾਉਣਾ ਪੈਂਦਾ ਆ। ਇੱਕ ਪੂਰੀ ਪਰਿਵਾਰਕ ਫਿਲਮ ਆ, ਜਿਵੇਂ ਤੁਸੀਂ ਗੱਲ ਕੀਤੀ, ਰਿਸ਼ਤਿਆਂ ਦੀ ਗੱਲ ਵੀ ਹੋਊਗੀ, ਖੇਡਾਂ ਦੀ ਗੱਲ ਵੀ ਹੋਊਗੀ, ਤਾਂ ਕੀ ਮੈਸੇਜ ਦਊਗੀ ਕਹਾਣੀ? ਜੇ ਮੰਨ ਲਓ ਜਿਵੇਂ ਤੁਸੀਂ ਪਹਿਲਾਂ ਗੱਲ ਕਰਦੇ ਪਏ ਸੀ, ਹਰ ਇੱਕ ਦਾ ਆਪਣਾ ਨਜ਼ਰੀਆ ਹੁੰਦਾ ਮੈਸੇਜ ਲੈ ਕੇ ਜਾਣ ਦਾ, ਵੀ ਕੀ ਮੈਸੇਜ ਲੈ ਕੇ ਜਾਂਦੇ ਨੇ, ਪਰ ਤੁਹਾਨੂੰ ਕੀ ਲੱਗਦਾ ਕਿਸ ਤਰ੍ਹਾਂ ਸੇਜ ਦੇ ਕੇ ਜਾਊਗੀ ਮੂਵੀ? ਇਹ ਫਿਲਮ ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਕਿ ਬੜੀ ਮੁਹੱਬਤ ਦੀ ਗੱਲ ਕਰਦੀ ਹੈ, ਇਸ਼ਕ ਦੀ ਗੱਲ ਕਰਦੀ ਹੈ ਨਾ, ਰਿਸ਼ਤਿਆਂ ਦੀ ਗੱਲ ਕਰਦੀ ਆ। ਸੋ ਜਿਹੜੇ ਆਡੀਅੰਸ ਦੇਖਣ ਆਊਗੀ ਉਹਨੂੰ ਇੱਕ ਵਾਰੀ ਮਹਿਸੂਸ ਤਾਂ ਹੋਊਗਾ ਯਾਰ, ਹਾਂ ਵੀ ਸਾਡੇ ਪਰਿਵਾਰਾਂ 'ਚ ਵੀ ਕਦੇ ਕਿਤੇ ਨਾ ਕਿਤੇ ਕਿਸੇ ਕਿਸੇ ਰਿਸ਼ਤੇਦਾਰ ਨਾਲ ਇੱਦਾਂ ਵਾਪਰਿਆ ਹੋਇਆ, ਕਿਉਂਕਿ ਹਰ ਪਿੰਡ 'ਚ ਹਰ ਪਿੰਡ ਦੀ ਕਹਾਣੀ ਹੈ। ਬਲਵਿੰਦਰ ਸਿੰਘ ਗਰਿਆਲ ਹੁਣ ਦੀ ਲਿਖੀ ਹੋਈ ਕਹਾਣੀ ਆ, ਅਤੇ ਇਹ ਜਤਿੰਦਰ ਮੌੜ ਜਿਹੜੇ ਡਾਇਰੈਕਟਰ ਨੇ ਉਹਨਾਂ ਨੂੰ ਕਹਾਣੀ ਬਹੁਤ ਪਸੰਦ ਸੀ, ਅਤੇ ਉਦੋਂ ਬਾਅਦ ਜਦੋਂ ਬਾਕੀ ਸਾਰੀ ਗੱਲਬਾਤ ਹੋਈ, ਪ੍ਰੋਡਿਊਸਰਸ ਨਾਲ ਗੱਲ ਹੋਈ, ਅਤੇ ਇਹ ਕਹਾਣੀ ਨੂੰ ਫਿਰ ਫਿਲਮ ਦਾ ਸਕ੍ਰੀਨ ਪਲੇਅ ਡਾਇਲੋਗ ਲਿਖੇ ਗਏ, ਦਲਜੀਤ ਅੰਮੀ ਅਤੇ ਜਤਿੰਦਰ ਮੌੜ ਨੇ ਲਿਖ ਕੇ ਮਿਲ ਕੇ ਲਿਖੇ ਨੇ। ਸੋ ਜਿਹੜੀ ਕਹਾਣੀਆਂ ਨੇ, ਜਿਵੇਂ ਪਿੰਡਾਂ 'ਚ ਆਪਣੇ ਰਿਸ਼ਤੇ ਹੁੰਦੇ ਨੇ, ਦੋਸਤ ਹੁੰਦੇ ਨੇ, ਚਾਚੇ ਤਾਏ ਹੁੰਦੇ ਨੇ, ਉੱਥੇ ਕਿਸੇ ਨਾ ਕਿਸੇ ਰਿਸ਼ਤੇ ਵਿੱਚ ਖਟਾਸ ਵੀ ਹੁੰਦੀ ਹੈ, ਕਿਸੇ ਨਾਲ ਆਪਾਂ ਜ਼ਿਆਦਾ ਲਗਾਓ ਕਰਦੇ ਹਾਂ, ਉਹਨਾਂ ਸਾਰੀ ਚੀਜ਼ਾਂ ਦਾ ਤਾਲਮੇਲ ਇਸ ਕਹਾਣੀ 'ਚ ਬੁਣਿਆ ਹੋਇਆ। ਇੱਕ ਪਿੰਡ ਦੀ ਕਹਾਣੀ ਆ, ਉੱਥੇ ਕੀ ਕੁਛ ਹੁੰਦਾ, ਕੀ ਕੁਛ ਵਾਪਰਿਆ, ਪੁਰਾਣਾ ਕੀ ਸੀ, ਨਵਾਂ ਕੀ ਆ, ਹੈ ਨਾ, ਉਹ ਸਾਰਾ ਕੁਛ ਇਹ ਫਿਲਮ 'ਚ ਦਰਸਾਇਆ ਗਿਆ। ਤੁਹਾਨੂੰ ਇੱਕ ਵਾਰ ਇਹ ਲੱਗੂਗੀ ਵੀ ਹਾਂ, ਇਹ ਕਹਾਣੀ ਕਿਤੇ ਨਾ ਕਿਤੇ ਸਾਡੇ ਨਾਲ ਮਿਲਦੀ ਜੁਲਦੀ ਹੈ, ਵੀ ਸਾਡੇ ਕਿਸੇ ਚਾਚੇ ਤਾਏ ਨਾਲ ਆਏ ਸੀ ਜਾਂ ਸਾਡੀ ਭੂਆ ਨਾਲ ਕਦੇ ਕਿਸੇ ਨਾਲ ਆਏ ਸੀ, ਹੁੰਦਾ ਹਰ ਇੱਕ ਨਾਲ ਹੁੰਦਾ ਆ। ਸੋ ਆਪਣੀ ਆਪਣੀ ਕਹਾਣੀ ਲੱਗੂਗੀ ਇਹ। ਚਲੋ ਉਮੀਦ ਇਹੀ ਕਰਦੇ ਆ ਵੀ ਆਉਣ ਵਾਲਾ ਜਿਹੜਾ ਹਫ਼ਤਾ, ਸੋ ਤੁਹਾਡੇ ਜਿਹੜੀ ਜੋ ਤੁਸੀਂ ਕੰਸੈਪਟ ਜਾਂ ਜੋ ਤੁਸੀਂ ਫਿਲਮ ਲੈ ਕੇ ਆਏ ਹੋ ਉਹ ਦਰਸ਼ਕਾਂ ਨੂੰ ਬੇਹੱਦ ਪਸੰਦ ਆਵੇ। ਬਾਕੀ ਜਾਂਦੇ ਜਾਂਦੇ ਇੱਕ ਵਾਰੀ ਫਿਰ ਤੋਂ ਮਲੋਟ ਲਾਈਵ ਜਿਹੜੇ ਸਾਡੇ ਦਰਸ਼ਕ ਨੇ ਜਾਂ ਦੇਸੀ ਵਰਲਡ ਰੇਡੀਓ ਦੇਖ ਰਹੇ ਅਤੇ ਸੁਣ ਰਹੇ ਨੇ, ਕੀ ਕਹਿਣਾ ਚਾਹੋਗੇ? ਪਹਿਲਾਂ ਭਾਅ ਜੀ ਤੁਹਾਡਾ ਬਹੁਤ ਥੈਂਕ ਯੂ ਸਿੱਧੂ ਸਾਹਿਬ, ਤੁਸੀਂ ਹਮੇਸ਼ਾ ਬਹੁਤ ਸਪੋਰਟ ਰਹੀ, ਆਪਾਂ ਇੱਕੋ ਪਿੰਡ ਦੇ ਹੋਣ ਕਰਕੇ ਉਹ ਪਿਆਰ ਮੁਹੱਬਤ ਆਪਣੇ 'ਚ ਵੀ ਹੈ। ਤੁਹਾਡਾ ਕੰਮ ਬਹੁਤ ਸ਼ਲਾਘਾਯੋਗ ਹੈ, ਤੁਸੀਂ ਬਹੁਤ ਵਧੀਆ ਤਰੀਕੇ ਨਾਲ ਇਹ ਕੰਮ ਕੀਤਾ, ਅਤੇ ਬਾਕੀ ਮੈਂ ਇਹੀ ਕਹੂੰਗਾ ਮਲੋਟ ਵਾਸੀਆਂ ਨੂੰ ਵੀ ਮੈਂ ਬੁਰਜਾਂ ਦਾ, ਅਤੇ ਪਲੀਜ਼ ਇਹ ਫਿਲਮ ਦੇਖਣ ਆਇਓ। ਮੈਨੂੰ ਲੱਗਦਾ ਕਿ ਤੁਸੀਂ ਮੇਰੀ ਮਿਹਨਤ ਦੇ ਹਾਣੀ ਹੋ, ਮੇਰੇ ਉਸ ਮਿਹਨਤ ਦੇ ਤੁਸੀਂ ਦੇਖੀ ਹੋਈ ਹੈ। ਸੋ ਮੈਂ ਚਾਹੂੰਗਾ ਕਿ ਤੁਸੀਂ ਇਹ ਫਿਲਮ ਦੇਖਣ ਆਓ, ਕਿਉਂਕਿ ਆਪਣੇ 'ਤੇ ਮਾਣ ਹੁੰਦਾ। ਬੈਸਟ ਵਿਸ਼ ਦਿੰਦੇ ਹਾਂ ਸਾਰੀ ਟੀਮ ਨੂੰ ਤੁਹਾਡੀ ਨੂੰ ਫਿਲਮ ਦੇ ਲਈ, ਅਤੇ ਬਹੁਤ ਬਹੁਤ ਧੰਨਵਾਦ ਗੱਲਬਾਤ ਦੇ ਲਈ। ਥੈਂਕ ਯੂ ਭਾਅ ਜੀ। ਸੋ ਬਿਲਕੁਲ ਪੂਰੀ ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਲੱਗੀ ਆਪਣੇ ਕਮੈਂਟ ਕਰਕੇ ਸਾਨੂੰ ਜ਼ਰੂਰ ਮੈਸੇਜ ਛੱਡ ਸਕਦੇ ਹੋ। ਹੋਰ ਅਪਡੇਟ ਦੇ ਲਈ ਜੁੜੇ ਰਹੋ ਮਲੋਟ ਲਾਈਵ ਅਤੇ ਦੇਸੀ ਵਰਲਡ ਰੇਡੀਓ ਦੇ ਨਾਲ।